स्टूडेंट्स वेलकम बैक आवर टुडेस टॉपिक इज स्टेप्स इन्वॉल्वड इन लेसन प्लान ਜਦੋਂ लेसन प्लान ਬਣਾਉਣਾ ਹੈ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਸਟੈਪਸ ਨੇ ਉਹਨਾਂ ਨੂੰ ਫਾਲੋ ਕਰਨਾ ਹੈ ਜੀ ਐਫ ਹਰਵਰਡ ਹੈਸ ਸੁਜੈਸਟਡ 6 ਫਾਰਮਲ ਸਟੈਪਸ ਇਨ लेसन प्लानिंग ਜੀ ਐਫ ਹਰਵਰਡ ਨੇ 6 ਜਿਹੜੇ ਫਾਰਮਲ ਸਟੈਪਸ ਨੇ ਉਹ ਸੁਜੈਸਟ ਕੀਤੇ ਨੇ ਕਿ ਤੁਸੀਂ ਜਿਹੜੀ ਵਧੀਆ लेसन प्लान ਜੇ ਬਣਾਉਣੀ ਹੈ ਤਾਂ 6 ਸਟੈਪਸ ਨੂੰ ਫਾਲੋ ਕਰਨਾ ਹੈ ਹੀ ਵਾਸ द फर्स्ट एजुकेटर To apply psychology to education. psychology education apply The steps of lesson planning are known as herbertarian steps. These steps are as following: First is preparation, second is presentation, third is comparison. Fourth is generalization. Fifth is application. And sixth is recapitulation. Now we will discuss these. steps in detail first is preparation in this step preparation means تیاری تیاری کس چیز ਦੀ लेसन प्लान ਦੀ in this step teacher makes introduction for students to give new knowledge teacher should make students to curious that they feel necessity to learn some new things means teacher ne bachcha nu enni jehdi curiosity hai ohna de vich ਪੈਦਾ ਕਰਨੀ ਹੁੰਦੀ ਹੈ ਕਿ ਬੱਚਿਆਂ ਨੂੰ ਲੱਗੇ ਕਿ ਹਾਂ ਅਸੀਂ ਕੁਝ ਸਿੱਖਣਾ ਹੈ ਥਿਸ ਵਰਕ ਕੈਨ ਬੀ ਡਨ ਬਾਈ ਇਵੈਲਿਊਏਸ਼ਨ ਆਫ ਕੁਐਸਚਨ ਰਿਲੇਟਿਡ ਟੂ ਪ੍ਰੀ ਨੋਲੇਜ ਮੀਨਸ ਇਹਦੇ ਵਿੱਚ ਕੁਝ ਜਿਹੜੇ ਕੁਐਸਚਨ ਨੇ ਬੱਚਿਆਂ ਤੋਂ ਉਹ ਪੁੱਛੇ ਜਾਣਗੇ ਜਿਹੜੇ ਕਿ ਬੱਚਿਆਂ ਦੇ ਪਹਿਲਾਂ ਉਹਨਾਂ ਕੋਲ ਕਿੰਨੀ ਨੋਲੇਜ ਹੈ ਪ੍ਰੀਵੀਅਸ ਨੋਲੇਜ ਕਿੰਨੀ ਕੋ ਉਹ ਟੈਸਟ ਕਰਨਗੇ ਬਾਈ ਆਸਕਿੰਗ ਔਰਲ ਕੁਐਸਚਨਸ ਬਾਈ ਸਟੋਰੀਜ਼ ਬਾਈ ਯੂਜ਼ ਆਫ ਚਾਰਟਸ ਮਾਡਲਸ ਪਿਕਚਰਸ ਹੁਣ ਜਿਹੜੀ ਅਸੀਂ ਇਹ ਈਵੈਲੂਏਸ਼ਨ ਕਰਨੀ ਹੈ ਬੱਚਿਆਂ ਦੀ ਪ੍ਰੀ ਨੋਲਿਜ ਟੈਸਟ ਕਰਨੀ ਹੈ ਤਾਂ ਅਸੀਂ ਕੁਐਸਚਨ ਪੁੱਛ ਕੇ ਕੋਈ ਸਟੋਰੀ ਸੁਣਾ ਕੇ ਕੋਈ ਚਾਰਟ ਯੂਜ਼ ਕਰ ਸਕਦੇ ਹਾਂ ਮਾਡਲ ਜਾਂ ਪਿਕਚਰਸ ਵੀ ਯੂਜ਼ ਕਰ ਸਕਦੇ ਹਾਂ ਫਾਰ ਥਿਸ ਇੰਟਰੋਡਕਸ਼ਨ ਸ਼ੁੱਡ ਬੀ 기ਵਨ ਇਨ ਅ ਵੈਰੀ ਅਟਰੈਕਟਿਵ ਮੈਨਰ ਸੋ ਥੈਟ ਇੰਟਰਸਟ ਆਫ ਸਟੂਡੈਂਟਸ ਕੈਨ ਬੀ ਫਾਸਟਲੀ ਜਨਰੇਟਿਡ ਇਨ ਦਾ ਲੈਸਨ ਹੁਣ ਜਿਹੜੇ ਕੁਐਸਚਨ ਅਸੀਂ ਨੇ ਪੁੱਛਣੇ ਆ ਤਾਂ ਉਹ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਜਿਹੜੇ ਕਿ ਬੱਚਿਆਂ ਦੇ ਵਿੱਚ ਕਿਉਰਿਓਸਿਟੀ ਪੈਦਾ ਕਰਨ ਕਿ ਲੈਸਨ ਦੇ ਵਿੱਚ ਨਵਾਂ ਕੀ ਹੋਏਗਾ ਨੈਕਸਟ ਇਜ਼ ਪ੍ਰੈਜੈਂਟੇਸ਼ਨ ਪ੍ਰੈਜੈਂਟੇਸ਼ਨ ਮੀਨਸ ਲੈਸਨ ਪਲਾਨ ਨੂੰ ਡਿਲੀਵਰ ਕਰਨਾ ਪੜਾਉਣਾ ਇਟ ਇਜ਼ ਐਨ ਇੰਪੋਰਟੈਂਟ ਸਟੈਪ ਆਫ ਲੈਸਨ ਪਲਾਨ ਇਨ ਥਿਸ ਸਟੂਡੈਂਟ ਪਰਸੀਵਸ ਐਂਡ ਇਨਸਪੈਕਟਸ ਦਾ ਫੈਕਟ ਐਜ਼ ਵੈਲ ਐਸ ਆਲਸੋ ਐਸਟੈਬਲਿਸ਼ਸ ਅ ਰਿਲੇਸ਼ਨਸ਼ਿਪ ਬੀਟਵੀਨ ਫੇਸਸ ਹੁਣ ਜੀ ਟੀਚਰ ਹੈ ਜਿਹੜਾ ਤੇ ਸਟੂਡੈਂਟਸ ਫੇਸ ਟੂ ਫੇਸ ਉਹਨਾਂ ਦੀ ਇੰਟਰੈਕਸ਼ਨ ਹੁੰਦੀ ਹੈ ਤੇ ਜਿਹੜੇ ਸਟੂਡੈਂਟਸ ਨੇ ਉਹ ਟੀਚਰ ਤੋਂ ਨੌਲੇਜ ਗੇਨ ਕਰਦੇ ਨੇ ਤੇ ਟੀਚਰ ਤੇ ਸਟੂਡੈਂਟ ਜਦੋਂ ਫੇਸ ਟੂ ਫੇਸ ਇੰਟਰੈਕਸ਼ਨ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜੀ ਇੱਕ ਵਧੀਆ ਰਿਲੇਸ਼ਨਸ਼ਿਪ ਆਉ ਪੈਦਾ ਹੁੰਦੀ ਹੈ। ਦੈਨ ਔਨ ਦਾ ਬੇਸਿਸ ਆਫ देयर ਰਿਲੇਸ਼ਨਸ਼ਿਪ ਹੀ ਪ੍ਰੂਵਸ ਜਨਰਲ ਰੂਲ ਸਿੰਟੈਕਸ ਐਂਡ ਕਨਕਲੂਜਨ ਨਿਊ ਨੋਲੇਜ ਸ਼ੁੱਡ ਬੀ 기ਵਨ ਟੂ ਸਟੂਡੈਂਟਸ ਇਨ ਐਨ ਇਜ਼ੀ ਐਂਡ ਫੈਸਿਲਿਟੀ ਮੈਥਡ ਹੁਣ ਬੱਚੇ ਨੂੰ ਨਵੀਂ ਨੋਲੇਜ ਦੇਣੀ ਹੈ ਟੀਚਰ ਨੇ ਪ੍ਰੈਜੈਂਟੇਸ਼ਨ ਦੇ ਵਿੱਚ ਤਾਂ ਉਹ ਵਧੀਆ ਤੇ ਇਜ਼ੀ ਵੇ ਨਾਲ ਦੇਣੀ ਹੈ ਤਾਂ ਕਿ ਜਿਹੜੇ ਬੱਚੇ ਨੂੰ ਵਧੀਆ ਢੰਗ ਦੇ ਨਾਲ ਟਾਪਿਕ ਨੂੰ ਅੰਡਰਸਟੈਂਡ ਕਰ ਸਕਣ। by active association of students in asking questions this method of subject to presentation should be developed means bachche to question bhi put karne taan to active rehne te jehda teacher te student de vich bond hai oh baneya rahe teacher should especially consider suitability mental level of students easy and clear language of questions and evenly distribution ਹੁਣ ਜਦੋਂ ਕੁਐਸਚਨ ਪੁੱਛਣੇ ਆ ਤਾਂ ਇਹ ਨਹੀਂ ਕਿ ਕਿਸੇ ਇੱਕ ਬੱਚੇ ਨੂੰ ਹੀ ਪੁੱਛੀ ਜਾਣਿਆ ਪੂਰੀ ਕਲਾਸ ਨੂੰ ਪੁੱਛਣੇ ਆ ਲੈਂਗੁਏਜ ਉਹਨਾਂ ਦੀ ਈਜ਼ੀ ਹੋਣੀ ਚਾਹੀਦੀ ਹੈ ਕਲੀਅਰ ਹੋਣੀ ਚਾਹੀਦੀ ਹੈ ਤੇ ਕੁਐਸਚਨ ਬੱਚਿਆਂ ਦੇ ਮੈਂਟਲ ਲੈਵਲ ਦੇ ਅਕੋਰਡਿੰਗ ਹੋਣੇ ਚਾਹੀਦੇ ਨੇ ਆਫਟਰ ਅ ਟਾਈਮ ਪੀਰੀਅਡ ਐਸੋਸੀਏਟਿਡ ਮਟੀਰੀਅਲ ਸ਼ੁੱਡ ਬੀ ਯੂਜ਼ਡ ਐਸ ਵੈਲ ਐਸ ਬਲੈਕਬੋਰਡ ਸਮਰੀ ਆਲਸੋ ਸ਼ੁੱਡ ਬੀ ਰਿਟਨ ਫਿਰ ਜਦੋਂ ਟੀਚਰ ਨੇ ਲੈਸਨ ਨੂੰ ਪੜਾਉਣਾ ਹੈ ਪਾਠ ਆਪਣਾ ਪੜਾਉਣਾ ਬੱਚਿਆਂ ਨੂੰ ਡਿਲੀਵਰ ਕਰਨਾ ਹੈ ਤਾਂ ਜਿਹੜਾ ਮਟੀਰੀਅਲ ਉਦ ਨਾਲ ਸੰਬੰਧਿਤ ਹੈ ਉਹਨੂੰ ਵੀ ਯੂਜ਼ ਕਰਨਾ ਤੇ ਬਲੈਕਬੋਰਡ ਦੀ ਵਰਤੋਂ ਵੀ ਕਰਨੀ ਹੈ ਜਿਹੜੀ ਸਮਰੀ ਹੈ ਕੋਈ ਇੰਪੋਰਟੈਂਟ ਪੁਆਇੰਟਸ ਨੇ ਕੋਈ ਇੰਪੋਰਟੈਂਟ ਡੇਟਸ ਨੇ ਉਹਨਾਂ ਨੂੰ ਬਲੈਕਬੋਰਡ ਦੇ ਉੱਪਰ ਲਿਖਿਆ ਜਾਣਾ ਚਾਹੀਦਾ ਹੈ ਨੈਕਸਟ ਇਜ਼ ਕੰਪੈਰੀਜ਼ਨ ਫਿਰ ਹੁੰਦਾ ਹੈ ਕੰਪੇਅਰ ਕਰਨਾ ਥਰਡ ਸਟੈਪ ਵਿਚ ਨੋਲੇਜ ਸਟੂਡੈਂਟ ਐਕਵਾਇਰਸ ਹੀ ਸ਼ੁੱਡ ਨੋ ਟਰੂਥਨੈਸ ਆਫ 댓 ਨੋਲੇਜ ਬਾਏ ਯੂਜ਼ਿੰਗ ਦਾ ਨੋਲੇਜ ਇਨ ਸੈਂਸ ਕੰਡੀਸ਼ਨਸ ਹੁਣ ਦੇਖਣਾ ਕਿ ਜੋ ਲੈਸਨ ਮੈਂ ਪੜਾਇਆ ਕਿ ਉਹ ਬੱਚਿਆਂ ਨੂੰ ਸਮਝ ਆ ਗਿਆ ਚ ਨਹੀਂ ਆਇਆ ਮੀਨਸ ਕਿ ਕੰਪੇਅਰ ਕਰਨਾ ਇਨ ਥਿਸ ਵੇ ਨਿਊ ਨੋਲੇਜ ਬਿਕਮਸ ਅ ਪਰਮਨੈਂਟ ਪਾਰਟ ਆਫ देयर ਕਰੈਕਟਰ ਹੁਣ ਜਦੋਂ ਪੜਾਏ ਹੋਏ ਦੇ ਵਿੱਚੋਂ ਸੀ ਕੁਝ ਪੁੱਛਿਆ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਬੱਚੇ ਨੂੰ ਕਿੰਨਾ ਸਮਝ ਆਇਆ ਤਾਂ ਜੇਕਰ ਨਹੀਂ ਸਮਝ ਆਇਆ ਤਾਂ ਟੀਚਰ ਉਹਨੂੰ ਰਿਵਾਈਜ਼ ਕਰਾਉਂਦਾ ਤਾਂ ਉਹਦੇ ਨਾਲ ਬੱਚਿਆਂ ਦੀ ਜਿਹੜੀ ਨੋਲੇਜ ਆ ਉਹ ਪਰਮਨੈਂਟ ਹੋ ਜਾਏਗੀ ਨੈਕਸਟ ਜਨਰਲਾਈਜੇਸ਼ਨ this order of generalization is initiated in lessons in which induction and conclusion method used ਹੁਣ ਇਹਦੇ ਵਿੱਚ ਜਿਹੜਾ ਦੋ ਮੈਥਡ ਯੂਜ਼ ਕੀਤੇ ਜਾਂਦੇ ਨੇ ਇੰਡਕਸ਼ਨ ਐਂਡ ਕਨਕਲੂਜਨ ਮੈਥਡ ਇਨ this method of generalization with active association of students any formula rule or principle can be proved ਹੁਣ ਇਹਦੇ ਵਿੱਚ ਜਦੋਂ ਅਸੀਂ ਦੇਖੋ ਬੱਚੇ ਐਕਟਿਵ ਪਾਰਟਿਸਪੀਸ਼ਨ ਇਹਦੇ ਵਿੱਚ ਲੈਣੀ ਹੈ ਤਾਂ ਅਸੀਂ ਕੋਈ ਵੀ ਜਿਹੜਾ ਫਾਰਮੂਲਾ ਕੋਈ ਰੂਲ ਹੈ ਪ੍ਰਿੰਸੀਪਲ ਨੇ ਤਾਂ ਅਸੀਂ ਉਹਨਾਂ ਨੂੰ ਪ੍ਰੂਵ ਕਰ ਸਕਦੇ ਹਾਂ ਮੀਨਸ ਉਹਨਾਂ ਦਾ ਜਿਹੜਾ ਕੋਈ ਵੀ ਰਿਜ਼ਲਟ ਹੈ ਕਨਕਲੂਜਨ ਹੈ ਉਹ ਅਸੀਂ ਉਹਨੂੰ ਜਨਰਲਾਈਜ਼ ਕਰ ਸਕਦੇ ਹਾਂ ਨਾਉ ਨੈਕਸਟ ਇਜ਼ ਐਪਲੀਕੇਸ਼ਨ ਫ੍ਰੋਮ ਦਾ ਪੁਆਇੰਟ ਆਫ 뷰 ਆਫ ਟ੍ਰਾਂਸਫਰ ਆਫ ਟ੍ਰੇਨਿੰਗ ਟੂ ਮੇਕ ਟਾਟਸ ਟੂ ਲੈਸਨ ਐਸ ਪਰਮਨੈਂਟ ਪਾਰਟ ਆਫ ਨੋਲੇਜ ਕਲਾਸ ਵਰਕ ਸ਼ੁੱਡ ਬੀ 기ਵਨ ਆਫਟਰ ਪ੍ਰੈਜੈਂਟੇਸ਼ਨ ਫਿਰ ਬੱਚੇ ਨੂੰ ਅਸੀਂ ਨੇ ਹੋਮਵਰਕ ਦੇਣਾ ਹੈ ਕਲਾਸਵਰਕ ਦੇਣਾ ਹੈ ਤਾਂ ਜੋ ਜਿਹੜੇ ਬੱਚੇ ਨੇ ਅਸੀਂ ਦੇਖ ਸਕੀਏ ਕਿ ਉਹਨਾਂ ਨੂੰ ਕਿੰਨਾ ਸਮਝ ਆਇਆ ਟੀਚਰ ਸ਼ੁੱਡ ਇਨਸਪੈਕਟ ਇਨ ਲੈਸਟ ਟਾਈਮ ਜਿਹੜੇ ਟੀਚਰਾਂ ਨੂੰ ਲੈਸਟ ਟਾਈਮ ਵਿੱਚ ਬੱਚਿਆਂ ਨੂੰ ਦੇਖਣਾ ਵੀ ਹੁੰਦਾ ਰਾਈਟ ਵਰਕਸ ਆਫ ਸਟੂਡੈਂਟ ਸ਼ੁੱਡ ਬੀ ਪ੍ਰੇਜ਼ਡ ਜਿਹੜੇ ਬੱਚਿਆਂ ਨੇ ਕੰਮ ਸਹੀ ਕੀਤਾ ਤਾਂ ਉਹਨਾਂ ਨੂੰ ਪ੍ਰੇਜ਼ ਵੀ ਕਰਨਾ ਬਾਏ ਡੂਇੰਗ ਥਿਸ ਦੇ ਗੈਟ ਐਨਕਰੀਜਮੈਂਟ ਐਂਡ ਅ ਫੀਲਿੰਗ ਆਫ ਕੰਪੀਟੀਸ਼ਨ ਵਿਲ ਡਵੈਲ ਉਹਨਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਵਿੱਚ ਉਹਨਾਂ ਨੂੰ ਹੌਸਲਾ ਮਿਲੇਗਾ ਐਨਕ੍ਰੇਜਮੈਂਟ ਹੋਏਗੀ ਕਿਸੇ ਕੰਮ ਕਰਨਾ ਤੇ ਜਿਹੜੀ ਕੰਪੀਟੀਸ਼ਨ ਦੀ ਫੀਲਿੰਗ ਹੈ ਉਹ ਵੀ ਉਹਨਾਂ ਦੇ ਚ ਡਿਵੈਲਪ ਹੋਏਗੀ ਟੀਚਰ ਸ਼ੁੱਡ ਆਲਸੋ ਕਨਸੀਡਰ ਦਾ ਮਿਸਟੇਕਸ ਆਫ ਸਟੂਡੈਂਟਸ ਐਂਡ ਐਸ ਸੂਨ ਐਜ਼ ਪੋਸੀਬਲ ਮਿਸਟੇਕਸ ਸ਼ੁੱਡ ਬੀ ਸੋਲਵਡ ਹੁਣ ਇੱਥੇ ਟੀਚਰ ਬੱਚੇ ਨੇ ਮਿਸਟੇਕਸ ਨੂੰ ਵੀ ਦੇਖੋ ਚੈੱਕ ਕਰੇਗਾ ਤੇ ਟੀਚਰ ਨੇ ਨਾਲ ਦੀ ਨਾਲ ਹੀ ਉਹਨਾਂ ਨੂੰ ਰਿਮੂਵ ਕਰਨਾ ਕਿਉਂਕਿ ਜੇਕਰ ਅ ਅੱਜ ਜੇ ਰਿਮੂਵ ਨਾ ਕੀਤੀਆਂ ਮਿਸਟੇਕਸ ਤਾਂ ਕੱਲ ਨੂੰ ਹੋਰ ਜ਼ਿਆਦਾ ਵੱਧ ਜਾਣਗੀਆਂ ਇਸ ਕਰਕੇ एप्लीकेशन जरूरी है मीनज अप्लाई करना उस चीज़ में देखना कि कि बच्चे समझ आ गया नहीं आ गया वो अकॉर्डिंग इतने जी फिर मोडिफिकेशन वह होंगी रहेगी नैक्सट इज रीकैपचुलेशन इट इज़ द लास्ट स्टैप ऑफ लैसन पॉइंट बट इट्स इंपोर्टेंस इज नॉट लैस दैन एनी अदर स्टैप इन एनी वे मीनस ये भी उन्ना ही इम्पोर्टेंट है, है जिन्हें कि बाकी फाइव स्टैप्स ने ਦਾ ਮੇਨ ਏਮ ਆਫ ਰੀਕੈਪਚੂਲੇਸ਼ਨ ਇਜ਼ ਟੂ ਇਵੈਲੂਏਟ ਦਾ ਸਕਸੈਸ ਆਫ ਟੀਚਿੰਗ ਕਿ ਟੀਚਰ ਨੇ ਜਿਹੜਾ ਟੀਚ ਕੀਤਾ ਉਹ ਕਿੰਨਾ ਸਕਸੈਸਫੁਲ ਰਿਹਾ ਬਾਈ ਦਿਸ ਸਟੈਪ ਅ ਟੀਚਰ ਗੈਟਸ ਹੈਲਪ ਟੂ ਨੋ ਥੈਟ ਵਾਟ ਹਿਸ ਸਟੂਡੈਂਟ ਹੈਜ਼ ਲਰਨਡ ਬੱਚੇ ਨੇ ਕੀ ਸਿੱਖਿਆ ਇਹਦੇ ਵਿੱਚ ਟੀਚਰ ਨੂੰ ਇਹ ਪਤਾ ਲੱਗੇਗਾ ਹਾਊ ਮੱਚ ਹਿਸ ਮੈਂਟਲ ਲੈਵਲ ਹੈਜ਼ ਡਿਵੈਲਪਡ ਬੱਚਾ ਜਿਹੜੇ ਮੈਂਟਲ ਲੈਵਲ ਉਹ ਕਿੰਨਾ ਡਿਵੈਲਪ ਹੋਇਆ ਐਂਡ ਟਿਲ ਵਿਚ ਲਿਮਿਟ ਤੇ ਕਿਸ ਲਿਮਿਟ ਤੱਕ ਹੋਇਆ ਹੀ ਗਾਟ ਸਕਸੈਸ ਟੂ ਅਕਰ ਡਿਜ਼ਾਇਰਡ ਬਿਹੇਵੀਅਰਲ ਚੇਂਜਸ ਕਿ ਉਹਨੇ ਜਿਹੜੇ ਬਿਹੇਵੀਅਰਲ ਚੇਂਜਸ ਦੇ ਲਈ ਜਿਹੜੇ ਏਮ ਸੀ ਉਹਨਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਉਹ ਸਕਸੈਸ ਰਿਹਾ ਜਾਂ ਨਹੀਂ ਰਿਹਾ ਹੁਣ ਅਸੀਂ ਥੋੜਾ ਜਿਹੜਾ ਸਪੈਸੀਫਿਕ ਪਰਫਾਰਮ ਹੈ ਵੀ ਕਿਸ ਤਰੀਕੇ ਨਾਲ ਜਿਹੜਾ ਲੈਸਨ ਪਲਾਨ ਉਹ ਬਣਦਾ ਹੈ ਜਸਟ ਤੁਹਾਨੂੰ ਫਾਰਮੈਟ ਹੀ ਦਿਖਾ ਰਹੀ ਹਾਂ ਮੈਂ ਬਹੁਤਾ ਜਿਹਾ ਇਹਦੇ ਵਿੱਚ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਡੇਟ ਪਾਉਣੀ ਹੈ ਜਿਸ ਤਾਰੀਖ ਨੂੰ ਲੈਸਨ ਤੁਹਾਡਾ ਡਿਲੀਵਰ ਹੋਣਾ ਹੈ ਸਬਜੈਕਟ ਲਿਖੋਗੇ ਕਿਹੜੇ ਸਬਜੈਕਟ ਦਾ ਕੋਈ ਵੀ ਤੁਹਾਡਾ ਸਬਜੈਕਟ ਹੋ ਸਕਦਾ ਹੈ ਐਸਐਸਟੀ ਪੰਜਾਬੀ ਹਿੰਦੀ ਇੰਗਲਿਸ਼ ਕੰਪਿਊਟਰ ਸਾਇੰਸ ਮੈਥਮੈਟਿਕਸ ਇਕਸੈਟਰਾ ਪੀਟੀ ਸ੍ਰੋਲ ਨੰਬਰ ਤੁਹਾਡਾ ਜਿਹੜਾ ਰੋਲ ਨੰਬਰ ਹੈ ਮੀਨਸ ਤੁਹਾਡਾ ਕਾਲਜ ਰੋਲ ਨੰਬਰ ਫਿਰ ਕਿਹੜਾ ਟੌਪਿਕ ਕਰਾ ਰਹੇ ਹੋ ਕਿਹੜੀ ਕਲਾਸ ਦਾ ਹੈ ਤੇ ਪੀਰੀਅਡ ਦੀ ਡਿਊਰੇਸ਼ਨ ਕਿੰਨੀ ਆ 30 ਤੋਂ 35 ਮਿੰਟ ਦੈਨ ਇਨਸਟਰਕਸ਼ਨਲ ਟੀਚਿੰਗ ਏਡਸ ਕਿਹੜੀਆਂ ਨੇ ਜਨਰਲ ਟੀਚਿੰਗ ਏਡ ਤੇ ਸਪੈਸੀਫਿਕ ਟੀਚਿੰਗ ਏਡ ਦੋਨੋਂ ਲਿਖਣੀਆਂ ਇਹ ਜਿਹੜੀ ਥਾਂ ਛੱਡੀ ਹੋਈ ਹੈ ਰਜੇ ਲਾਈਨਸ ਡਾਟਸ ਲੱਗੀਆਂ ਤਾਂ ਇਟ ਮੀਨਸ ਅੱਗੇ ਅਸੀਂ ਹੋਰ ਲਿਖਣਾ ਹੈ ਇਹ ਜਸਟ ਤੁਹਾਨੂੰ ਇੱਕ ਫਾਰਮੈਟ ਹੀ ਦਿਖਾ ਰਿਹਾ ਇੱਕ ਸਪੈਸੀਮੈਨ ਪਰਫਾਰਮ ਹੈ ਜਨਰਲ ਟੀਚਿੰਗ ਏਡ ਕਿਹੜੀ ਹੈ ਜਿਵੇਂ ਕਿ ਕੋਈ ਤੁਹਾਡੇ ਕੋਲ ਬੁੱਕ ਹੈਗੀ ਹੈ ਬਲੈਕ ਬੋਰਡ ਹੈ ਚੌਕ ਡਸਟਰ ਪੁਆਇੰਟਰ ਐਕਸਟਰਾ ਸਪੈਸੀਫਿਕ ਟੀਚਿੰਗ ਏਡ ਤੁਹਾਡੇ ਕੋਲ ਕੋਈ ਮਾਡਲ ਹੋ ਸਕਦਾ ਹੈ ਕੋਈ ਰੀਅਲ ਆਬਜੈਕਟਸ ਵਗੈਰਾ ਹੋ ਸਕਦੀਆਂ ਨੇ ਨੈਕਸਟ ਹੈ ਇਨਸਟਰਕਸ਼ਨਲ ਏਮਸ ਪਹਿਲਾਂ ਜਨਰਲ ਏਮਸ ਲਿਖੋਗੇ ਜਿਹੜੇ ਕਿ ਸਬਜੈਕਟ ਦੇ ਨਾਲ ਰਿਲੇਟਡ ਹੁੰਦੇ ਨੇ ਫਿਰ ਸਪੈਸਿਫਿਕ ਏਮ ਜਿਹੜਾ ਕਿ ਤੁਹਾਡਾ ਪਰਟੀਕੂਲਰ ਟਾਪਿਕ ਦੇ ਨਾਲ ਰਿਲੇਟਡ ਹੋਏਗਾ ਫਿਰ ਤੁਸੀਂ ਜਿਹੜੀ ਪ੍ਰੀਵੀਅਸ ਨੌਲੇਜ ਆ ਟੈਸਟ ਕਰਨੀ ਹੈ ਕੁਐਸਚਨ ਲਿਖੋਗੇ ਥੈਨ ਉਹਦੇ ਆਨਸਰ ਵੀ ਲਿਖੋਗੇ ਫਿਰ ਤੁਸੀਂ ਪ੍ਰੀਵੀਅਸ ਨੌਲੇਜ ਟੈਸਟ ਕਰਨ ਤੋਂ ਬਾਅਦ ਅਨਾਉਂਸਮੈਂਟ ਆਫ ਦਾ ਟਾਪਿਕ ਟਾਪਿਕ ਨੂੰ ਅਨਾਉਂਸ ਕਰਾਂਗੇ ਡੀਅਰ ਸਟੂਡੈਂਟਸ ਟੂਡੇ ਵੀ ਵਿਲ ਡਿਸਕਸ ਜੋ ਵੀ ਤੁਹਾਡਾ ਕੋਈ ਸਟੋਰੀ ਵੀ ਹੋ ਸਕਦੀ ਹੈ ਅ ਸਟੋਰੀ ਆਫ ਟੂ ਬਰਡਸ देन प्रेजेंटेशन ऑफ टॉपिक ਫਿਰ ਤੁਸੀਂ ਆਪਣਾ ਜਿਹੜਾ ਟਾਪਿਕ ਆ ਉਹਨੂੰ ਮੀਨਸ ਪ੍ਰੈਜੈਂਟ ਕਰਨ ਦਾ ਮਤਲਬ ਹੁੰਦਾ ਪੜਾਉਣਾ ਕਿਵੇਂ ਤਰੀਕੇ ਨਾਲ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਬਣਾਓਗੇ ਉਹਦੇ ਚ ਚਾਰ ਕਾਲਮ ਵੀ ਹੋ ਸਕਦੇ ਆ ਤੁਹਾਡੇ ਕਾਲਜ ਦੇ ਅਕੋਰਡਿੰਗ ਹੋਏਗਾ ਪੰਜ ਕਾਲਮ ਵੀ ਹੋ ਸਕਦੇ ਆ ਇਹਦੇ ਵਿੱਚ ਸਬਜੈਕਟ ਮੈਟਰ ਲਿਖਣਾ ਹੈ ਇੱਥੇ ਪੀਟੀ ਇਸ ਐਕਟੀਵਿਟੀ ਮੀਨ ਜੇ ਤੁਸੀਂ ਪਿਪਲ ਟੀਚਰ ਹੋ ਤੁਹਾਡੀ ਐਕਟੀਵਿਟੀ ਏ ਪਿਪਲ ਟੀਚਰ ਵਿਲ ਸ਼ੋ ਦਾ ਮਾਡਲ ਟੂ ਦਾ ਸਟੂਡੈਂਟਸ ਟੂ ਐਕਸਪਲੇਨ ਥਿਸ ਵਨ ਸਟੂਡੈਂਟਸ ਐਕਟੀਵਿਟੀ ਜੋ ਤੁਸੀਂ ਮਾਡਲ ਸ਼ੋ ਕਰ ਰਹੇ ਹੋ then the students will see the model and listen carefully ethe blackboard the work aage aayega toda jo tusi ne likhna hai jo vi toda topic hoega according toda blackboard the work hoega then teaching aid teaching aid ki use kar rahe ho jime ko model de vich ki si tusi ki show kar rahe ho us time suppose karo currency the toda topic ta tusi ethe jehdi currency ho diyan photographs laga dungge pure lesson plan nu is tarike na bana dungge ਫਿਰ ਇਹ ਕੈਪਚੂਲੇਸ਼ਨ ਜਿਹਦੇ ਵਿੱਚ ਤੁਸੀਂ ਜਿਹੜਾ ਲੈਸਨ ਇੱਥੇ ਪੜਾਇਆ ਉਹਦੇ ਵਿੱਚ ਤੁਸੀਂ ਕੁਐਸਚਨ ਪੁੱਛੋਗੇ ਤੇ ਬੱਚੇ ਤੁਹਾਨੂੰ ਆਨਸਰ ਦੇਣਗੇ ਉਸ ਬਾਅਦ ਤੁਸੀਂ ਜਿਹੜਾ ਹੋਮਵਰਕ ਹੈ ਬੱਚਿਆਂ ਨੂੰ ਉਹ ਦੇ ਦੇਣਾ ਹੈ ਡੀਅਰ ਸਟੂਡੈਂਟਸ ਮਮਿਤ ਕਰਦੀ ਹਾਂ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ